ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਕਾਊਂਟਰ ਇੰਟੈਲੀਜੈਂਸ ਤੇ BSF ਨੇ ਸਾਂਝਾ ਆਪਰੇਸ਼ਨ ਕਰਕੇ ਦੋ ਪਾਕਿਸਤਾਨੀ ਨਸ਼ਾ ਸਮਗਲਰਾਂ ਨੂੰ ਫੜਿਆ ਹੈਗਾ। ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ, ਇਹ ਪਾਕਿਸਤਾਨੀ ਨਸ਼ਾ ਸਮਗਲਰ ਹੈ ਜਿਹੜੇ ਫੜੇ ਗਏ ਹੈਗੇ ਆ BSF ਤੇ ਕਾਊਂਟਰ ਇੰਟੈਲੀਜੈਂਸ ਦੇ ਵੱਲੋਂ। ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈਗੀ ਹੈ, ਹੈਰੋਇਨ ਦੀ ਖੇਪ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ। ਇੱਕ ਪਾਕਿਸਤਾਨੀ ਨਸ਼ਾ ਤਸਕਰ ਜਿਹੜਾ ਉਹ ਇੰਜਰਡ ਹੋਇਆ, ਤੁਸੀਂ ਦੇਖ ਸਕਦੇ ਹੋ। 26 ਪੈਕਟ ਜਿਹੜੇ ਆ ਹੈਰੋਇਨ ਦੇ ਬਰਾਮਦ ਕੀਤੇ ਗਏ ਆ, 29 ਕਿਲੋਗ੍ਰਾਮ ਹੈਰੋਇਨ ਜਿਹੜੀ ਹੈ ਉਹ ਬਰਾਮਦ ਹੋਈ ਹੈ। ਤਾਂ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸ ਅਤੇ BSF ਨੂੰ ਸਾਂਝਾ ਆਪਰੇਸ਼ਨ ਕਰਕੇ ਜਿਹੜੀ ਹੈ ਵੱਡੀ ਕਾਮਯਾਬੀ ਮਿਲੀ ਹੈਗੀ ਹੈ। ਔਰ AIG ਲਖਬੀਰ ਸਿੰਘ ਜਿਹੜੇ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਤੈਨਾਤ ਹੈ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਔਰ ਜਾਣਾਂਗੇ ਉਹਨਾਂ ਤੋਂ ਵੀ ਕਿ ਇੰਨੀ ਵੱਡੀ ਐਕਸਾਈਨਮੈਂਟ ਜਿਹੜੀ ਫੜੀ ਹੈਗੀ ਹੈ ਕਿਵੇਂ ਜਿਹੜੀ ਇਨਪੁੱਟ ਮਿਲੀ ਹੈਗੀ ਸੀ। ਸਰ, ਇਨਪੁੱਟ ਕਿੱਦਾਂ ਮਿਲੀ ਹੈਗੀ ਸੀ, ਬੜੀ ਵੱਡੀ ਕਾਮਯਾਬੀ ਹੈਗੀ ਆ BSF ਨਾਲ ਸਾਂਝਾ ਆਪਰੇਸ਼ਨ ਸੀ? ਇਹ ਕਈ ਚੀਜ਼ਾਂ ਨਾ ਸ਼ੇਅਰ ਕਰਨ ਵਾਲੀਆਂ ਮਿਲਦੀਆਂ ਨੇ। ਇਨਪੁੱਟ ਕਿਵੇਂ ਮਿਲੀ ਸੀ? ਬੇਸਿਕਲੀ ਸਾਡੇ ਕੋਲ ਇਨਪੁੱਟ ਹੈਗੇ ਸੀ, ਇਹਦੇ 'ਚ ਅਸੀਂ ਵਰਕਆਊਟ ਕਰਦੇ ਰਹਿੰਦੇ ਹਾਂ, ਅਲੱਗ ਅਲੱਗ ਸਾਡੇ ਕਮਿਊਨਸ ਹੈਗੇ ਨੇ ਜਿਹਦੇ ਨਾਲ ਅਸੀਂ ਕੰਮ ਕਰਦੇ ਹਾਂ। ਹਾਂ, ਇਨਪੁੱਟ ਆਈ ਜਦੋਂ, ਇਨਪੁੱਟ ਕੋਈ ਥੋੜ੍ਹੀ ਬਹੁਤੀ ਵੀ ਗੱਲ ਜਦੋਂ ਉਜਾਗਰ ਹੁੰਦੀ ਹੈ ਉਹਦੇ 'ਤੇ ਵਰਕਆਊਟ ਕਰਕੇ ਉਹਨੂੰ ਪੂਰੇ ਤੌਰ 'ਤੇ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਇਸ ਗੱਲ 'ਚ ਕਿੰਨੀ ਸੱਚਾਈ ਹੈ। ਜਦੋਂ ਉਹਦੇ 'ਤੇ ਵਰਕਆਊਟ ਕਰਕੇ ਸਾਨੂੰ ਕੋਈ ਠੋਸ ਨਤੀਜੇ ਤਾਂ ਅਸੀਂ ਪਾਉਂਦੇ ਹਾਂ, ਫਿਰ ਅਸੀਂ ਆਪਣੀ ਕਾਰਵਾਈ ਅਮਲ ਚਲਾ ਰਹੇ ਹਾਂ। ਸਰ, ਕਿੰਨੇ ਨਸ਼ਾ ਤਸਕਰ ਜਿਹੜੇ ਆ ਫੜੇ ਆ ਪਾਕਿਸਤਾਨ ਨੇ ਔਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਸੀਗੇ? ਇਹ 2 ਨਸ਼ਾ ਤਸਕਰ ਅਸੀਂ ਫੜੇ ਆ ਪਾਕਿਸਤਾਨ ਦੇ ਨੇ ਹੈਗੇ, ਅਤੇ ਇਹ ਕਸੂਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਦੋਵੇਂ। ਅਤੇ ਇਹ ਇੱਕ ਤਾਂ ਇੰਜਰੀ ਵੀ ਲੱਗੀ ਹੈ ਡਿਊਰਿੰਗ ਸਕਫਲ ਵਿਦ BSF, ਅਤੇ ਜਿਹੜੀ ਫਾਇਰਿੰਗ ਹੋਈ ਹੈ, ਐਕਸਚੇਂਜ ਆਫ ਫਾਇਰ ਵੀ ਹੋਇਆ ਸਰ। ਇਹ ਦੋਵੇਂ ਪਾਕਿਸਤਾਨੀ ਨੇ ਜੀ। ਕਿੰਨੇ ਪੈਕਟ ਸਿਰਫ ਫੜੇ ਔਰ ਕਿੰਨੀ ਕਿਲੋਗ੍ਰਾਮ ਹੈਗੀ ਹੈ? ਇਹ ਟੋਟਲ ਜਿਹੜੇ 26 ਪੈਕਟ ਸੀਗੇ ਅਤੇ ਸਮੇਤ ਸਾਰੇ ਜਿਹੜੀ ਉਹਦੇ ਰੈਪਰਸ ਵਗੈਰਾ ਸਭ ਮਿਲਾ ਕੇ ਟੋਟਲ ਉਹਦਾ ਵਜ਼ਨ 29 ਕਿਲੋ 200 ਗ੍ਰਾਮ ਬਣਦਾ। ਸਰ, ਇਹ ਜਿਹੜੇ ਕਿੱਦਾਂ ਲੈ ਕੇ ਆਏ ਹੈਗੇ ਸੀਗੇ, ਕੀ ਇਹਨਾਂ ਦੇ ਨਾਲ ਸਮਾਨ ਹੈਗਾ ਸੀਗਾ? ਇਹਨਾਂ ਨੇ ਮੋਸਟਲੀ ਵਾਟਰ ਰੂਟ ਜਿਹੜਾ ਹੈਗਾ ਉਹ ਅਖਤਿਆਰ ਕੀਤਾ, ਅਤੇ ਉਹਦੇ 'ਚ ਇਹਨਾਂ ਕੋਲ ਤੈਰਨ ਦਾ ਮਟੀਰੀਅਲ ਜਿਵੇਂ ਕਿ ਟਿਊਬ ਹੈਗੀ ਹੈ, ਅਤੇ ਦੂਜਾ ਡਰਮੀਆਂ ਵਗੈਰਾ ਹੈਗੀਆਂ ਨੇ ਜਿਹੜੀਆਂ ਕਿ ਪਾਣੀ 'ਚ ਨਹੀਂ ਡੁੱਬਦੀਆਂ, ਉਹ ਨਾਲ ਲੈ ਕੇ ਆਏ ਨੇ। ਉਹਦੇ ਤਹਿਤ ਹੀ ਇਹਨਾਂ ਨੇ ਇਹ ਕਾਰਵਾਈ ਕੀਤੀ ਸੀ। ਸਰ, ਅੱਗੋਂ ਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਇਹਨਾਂ ਨੇ ਕਿੱਥੇ ਦੇਣੀ ਹੈਗੀ ਸੀ? ਤਫਤੀਸ਼ ਦੇ ਵਿੱਚ ਇਹੀ ਦੇਖਾਂਗੇ ਵੀ ਇਹਨਾਂ ਤੋਂ ਜਿਹੜੀ ਕੰਸਾਈਨਮੈਂਟ ਲੈਣ ਵਾਲੀ ਪਾਰਟੀ ਕਿਹੜੀ ਹੈ, ਅਤੇ ਕਿਹੜੀ ਇੱਥੇ ਹੈਗੀ, ਕਿਹਨੇ ਆਉਣਾ ਸੀਗਾ, ਜਾਂ ਜਿਹੜਾ ਇਹਨਾਂ ਦੀ ਪੁੱਛਗਿੱਛ ਜੋ ਸਾਹਮਣੇ ਆਇਆ ਉਸ ਹਿਸਾਬ ਨਾਲ ਅੱਗੇ ਕਰ। ਲੁਧਿਆਣਾ ਕਾਊਂਟਰ ਇੰਟੈਲੀਜੈਂਸ ਨਾਲ ਹੈਗੀ ਸੀ? ਲੁਧਿਆਣਾ ਕਾਊਂਟਰ ਇੰਟੈਲੀਜੈਂਸ ਦਾ ਵੀ ਸਾਡੇ ਕੋਲ ਜੁਆਇੰਟ ਆਪਰੇਸ਼ਨ ਸੀਗਾ, ਇਹ ਸਾਡੇ ਨਾਲ ਉਹਨਾਂ ਦੇ ਵੀ ਵਰਕਆਊਟ ਚੱਲ ਰਿਹਾ ਸੀ। ਤਾਂ ਬੜੀ ਵੱਡੀ ਕਾਮਯਾਬੀ ਆ, ਅੱਗੇ ਵੀ ਪਹਿਲੇ ਵੀ ਤੁਸੀਂ ਰਿਕਵਰੀਆਂ ਕੀਤੀਆਂ ਹੈਗੀਆਂ, 70 KG ਤੁਸੀਂ ਅੱਗੇ ਵੀ ਫੜੀ ਹੈਗੀ ਹੈ, ਤਾਂ ਇਹ ਸਰ ਜਿਹੜੀ ਦੇਖਿਆ ਜਾਵੇ ਤਾਂ ਬਾੜ ਦੇ ਕਾਰਨ ਜਿਹੜਾ ਪਾਣੀ ਵਧਿਆ ਹੈਗਾ ਤਾਂ ਉਸ ਦਾ ਫਾਇਦਾ ਚੱਕ ਰਹੇ ਹੈਗੇ? ਹਾਂਜੀ, ਉਹ ਤਾਂ ਫਰਕ ਤਾਂ ਪੈਂਦੀ ਹੈ, ਕਿਉਂਕਿ ਪਾਣੀ ਵਧਣ ਦੇ ਨਾਲ ਜਿਹੜੀਆਂ ਸਾਡੀਆਂ ਵੀ ਇੱਧਰ ਵਾਲੀਆਂ ਸਿਕਿਉਰਿਟੀ ਪੋਸਟਾਂ ਹੈਗੀਆਂ ਨੇ, ਜੇਕਰ ਦੂਰ ਲੱਗੀਆਂ ਹੋਈਆਂ ਸੀਗੀਆਂ ਉਹ ਪਾਣੀ ਕਰਕੇ ਥੋੜ੍ਹੀਆਂ ਪਿੱਛੇ ਐਡਵਾਂਸ ਤੋਂ ਬੈਕ ਆਈਆਂ ਨੇ, ਉਹਨਾਂ ਦੇ ਕਰਕੇ ਉਹ ਜਿਹੜਾ ਏਰੀਆ ਹੈਗਾ ਹੋ ਸਕਦਾ ਥੋੜ੍ਹਾ ਅਣਗੌਲਿਆ ਰਹਿ ਗਿਆ ਹੋਵੇ, ਅਤੇ ਜਿੱਥੇ ਇਹਨਾਂ ਨੂੰ ਕੋਈ ਸੌਫਟ ਕਾਰਨ ਮਿਲਿਆ ਉਹਨਾਂ ਨੇ ਉਸ ਹਿਸਾਬ ਨਾਲ ਆਪਣੀ ਕਾਰਵਾਈ ਕਰ ਦਿੱਤੀ ਹੈ। ਇਸ ਕਰਕੇ ਸਾਨੂੰ ਲੱਗਦਾ ਵੀ ਹਾਂ ਇਹਦੇ 'ਤੇ ਬਾੜ ਦਾ ਅਸਰ ਵੀ ਹੋ ਸਕਦਾ। ਤਾਂ ਬਿਲਕੁਲ, ਨਸ਼ਾ ਤਸਕਰਾਂ ਨੂੰ ਕਾਊਂਟਰ ਇੰਟੈਲੀਜੈਂਸ ਫੜ ਰਹੀ ਹੈਗੀ ਹੈ, ਲਗਾਤਾਰ ਰਿਕਵਰੀਆਂ ਹੋ ਰਹੀਆਂ ਨੇ, ਤਾਂ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਕਾਊਂਟਰ ਇੰਟੈਲੀਜੈਂਸ ਅਤੇ BSF ਨੇ ਸਾਂਝਾ ਆਪਰੇਸ਼ਨ ਕਰਕੇ 2 ਪਾਕਿਸਤਾਨੀ ਨਸ਼ਾ ਸਮਗਲਰਾਂ ਨੂੰ ਫੜਿਆ ਹੈਗਾ। 26 ਪੈਕਟ ਔਰ 29 ਕਿਲੋਗ੍ਰਾਮ ਹੈਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਹੈਗੀ ਹੈ। ਕੈਮਰਾ ਪਰਸਨ ਰੋਹੀ ਦੇ ਨਾਲ ਸਨੀ ਚੋਪੜਾ, ਲਿਵਿੰਗ ਇੰਡੀਆ ਨਿਊਜ਼, ਪੰਜਾਬ, ਫਿਰੋਜ਼ਪੁਰ।